ਨੇ ਜਾਂ ਹੋਰ ਜਥੇਬੰਦੀਆਂ ਵੱਲੋਂ ਜਿਹੜਾ ਅਕਾਲ ਤਖਤ ਸਾਹਿਬ ਤੇ ਦਿੱਤਾ ਗਿਆ ਉਹ ਸੁਝਾਅ ਇਹੀ ਦਿੱਤਾ ਗਿਆ ਕਿ ਸਿੰਘ ਸਾਹਿਬਾਨਾਂ ਨੇ ਜਿਸ ਤਰੀਕੇ ਸਿਰ ਪਹਿਲਾਂ ਸਾਡੀ ਕੌਮ ਵਿੱਚ ਕਈ ਐਸੀਆਂ ਮਹਾਨ ਸ਼ਖਸੀਅਤਾਂ ਹੋਈਆਂ ਨੇ ਜਿਨ੍ਹਾਂ ਨੂੰ ਅਹੁਦਾ ਦੇ ਕੇ ਜਥੇਦਾਰੀ ਦਾ ਭਾਈ ਜਸਵੀਰ ਸਿੰਘ ਤੇ ਭਾਈ ਰਣਜੀਤ ਸਿੰਘ ਹੋਣਾਂ ਨੂੰ ਜਿਸ ਤਰੀਕੇ ਸਿਰ ਅੱਗੇ ਜੇਲ੍ਹ ਚੋਂ ਬਾਹਰ ਕੱਢਿਆ ਸੀ ਤੇ ਇਸ ਤਰੀਕੇ ਸਿਰ ਜੇ ਉਹਨੂੰ 31 ਤਰੀਕ ਨੂੰ ਫਾਂਸੀ ਦਿੱਤੀ ਵੀ ਜਾਵੇ ਤਾਂ ਇੱਕ ਸਿੰਘ ਨਹੀਂ ਜਾ ਰਿਹਾ ਉਹ ਜਥੇਦਾਰ ਨੂੰ ਫਾਂਸੀ ਦਿੱਤੀ ਜਾ ਰਹੀ ਹੈ। ਇਹ ਫੈਸਲੇ ਵਾਸਤੇ ਸਾਰਿਆਂ ਨੇ ਬੇਨਤੀ ਕੀਤੀ ਹੈ, ਸਾਰਿਆਂ ਨੇ ਆਪਣੇ ਆਪਣੇ ਤਰੀਕੇ ਨਾਲ ਸੁਝਾਅ ਦਿੱਤੇ ਆ ਅਤੇ ਅੱਗੇ ਹੁਣ ਸਿੰਘ ਸਾਹਿਬਾਨ ਜੀ ਦੀ ਮਰਜ਼ੀ ਹੈ। ਸੋ ਜੋ ਅੱਜ ਮਾਹੌਲ ਵੇਖ ਰਹੇ ਹਾਂ ਉਹਨੂੰ ਵੇਖ ਕੇ ਤਾਂ ਲੱਗਦਾ ਹੈ ਕਿ ਫੈਸਲਾ ਕੁਛ ਚੰਗਾ ਆਏਗਾ ਅਤੇ ਮੈਂ ਸਾਰੀ ਸੰਗਤ ਨੂੰ ਅੱਜ ਜਥੇਦਾਰਾਂ ਨੂੰ ਬੇਨਤੀ ਕਰ ਕੀਤੀ ਵੀ ਹੈ, ਲਿਖ ਕੇ ਵੀ ਦੇ ਕੇ ਆਇਆ ਕਿ ਅੱਜ ਕੋਈ ਠੋਸ ਫੈਸਲਾ ਹੋਣਾ ਚਾਹੀਦਾ। ਜੇ ਅੱਜ ਫੈਸਲਾ ਨਾ ਹੋਇਆ ਤਾਂ ਕੌਮ ਵਿੱਚ ਆਪੋ ਧਾਪੀਆਂ ਪੈ ਜਾਣਗੀਆਂ, ਦਿਨ ਬੜੇ ਥੋੜ੍ਹੇ ਰਹਿ ਗਏ ਆ ਅਤੇ ਅੱਜ ਸਾਨੂੰ ਦ੍ਰਿੜਤਾ ਨਾਲ ਫੈਸਲਾ ਲੈਣਾ ਪੈਣਾ। ਫਕਰੇ ਕੌਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੀ ਨੇ ਜਿਹੜੇ ਕਿ ਆਪਣੇ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਉਹਨਾਂ ਦੀ ਰਿਹਾਈ ਦੀ ਇਹ ਵੀ ਸੁਝਾਅ ਦਿੱਤੇ ਜਾ ਰਹੇ ਨੇ। ਸਿੰਘ ਸਾਹਿਬਾਨ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਆਦੇਸ਼ ਜਾਰੀ ਕੀਤੇ ਜਾਣ ਅਤੇ ਜੋ ਕਿ ਅਮਰਿੰਦਰ ਸਿੰਘ ਵੀ ਇੱਕ ਸਿੱਖ ਹੈ, ਮਨਮੋਹਨ ਸਿੰਘ ਵੀ ਇੱਕ ਸਿੱਖ ਹੈ, ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਇਹ ਇੱਥੋਂ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਨੇ। ਪਰ ਇਹ ਹੁਣ ਅੱਗੇ ਉਹਨਾਂ ਦੀ ਮਰਜ਼ੀ ਹੈ ਜੀ ਕਿਸ ਤਰੀਕੇ ਸਿਰ, ਪਰ ਜਿਹੜੇ ਵੀ ਸੁਝਾਅ ਆਏ ਆ ਉਹ ਕਾਬਿਲੇ ਤਾਰੀਫ ਨੇ, ਬੜੇ ਸੋਹਣੇ ਸੁਝਾਅ ਅਕਾਲ ਤਖਤ ਸਾਹਿਬ ਨੂੰ ਮਿਲ ਰਹੇ ਨੇ ਅਤੇ ਹੁਣ ਅੱਗੇ ਇਹਨਾਂ ਨੇ ਫੈਸਲਾ ਕਰਨਾ ਅਤੇ ਸਾਰਿਆਂ ਨੂੰ ਇਹੀ ਬੇਨਤੀ ਕਰਵੇ ਤਾਂ ਦੇਰੀ ਨਾ ਲਾਈ ਜਾਏ, ਸਮਾਂ ਨਾ ਲਾਇਆ ਜਾਏ। ਔਰ ਸਭ ਨਾਲੋਂ ਵੱਡੀ ਗੱਲ, ਸਾਰੀਆਂ ਸੰਗਤਾਂ ਕਮੇਟੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹੀ ਸੁਨੇਹਾ ਭੇਜੋ ਕਿ ਪੰਜਾਂ ਸਿੰਘ ਸਹਿਬਾਨਾਂ ਵਿੱਚੋਂ ਇੱਕ ਕੋਈ ਵੱਡਾ ਦਿਲ ਕਰਕੇ ਅੱਜ ਇਹ ਅਹੁਦਾ ਛੱਡ ਕੇ ਉਹਨਾਂ ਨੂੰ ਇਸ ਥਾਂ ਉੱਤੇ ਸਾਰਾ ਇਹ ਫੈਸਲਾ ਕੌਮ ਨੇ ਕਰਨਾ, ਸਮੂਹ ਸਿੱਖ ਇਕੱਠੇ ਹੋ ਕੇ ਫੈਸਲੇ ਨੂੰ ਪ੍ਰਵਾਨਗੀ ਦੇ ਦੇਣਗੇ, ਸਾਰੇ ਹੀ ਸਿੱਖ ਅੱਜ ਇੱਕਜੁੱਟ ਨੇ। ਕਮਾਲ ਦੀ ਗੱਲ ਤਾਂ ਅੱਜ ਜਿਹੜੀ ਵੇਖਣ 'ਚ ਮਿਲ ਰਹੀ, ਅੱਜ ਤੱਕ ਇੰਨੀ ਦ੍ਰਿੜਤਾ, ਅੱਜ ਤੱਕ ਕਦੀ ਇੱਡੀ ਇਕੱਤਰਤਾ ਕਿਸੇ ਵੀ ਮੁੱਦੇ 'ਤੇ ਨਹੀਂ ਹੋਈ ਜੋ ਅੱਜ ਹੋਈ ਹੈ। ਸੋ ਅੱਜ ਇਹ ਫੈਸਲਾ ਜਿਹੜਾ ਆਉਣਾ ਹੈ ਉਹ ਕੌਮ ਦਾ ਬੜਾ ਵੱਡਾ ਭਵਿੱਖ ਬਣਾਏਗਾ, ਇਤਿਹਾਸਿਕ ਫੈਸਲਾ ਹੋਏਗਾ। ਸੋ ਸਤਿਗੁਰੂ ਮਿਹਰ ਕਰਨ, ਇਹੀ ਅਰਦਾਸ। ਜਾਇਓ ਨਾ ਉਹ ਅੰਦਰ ਬੁਲਾ। ਸਾਰਾ ਪ੍ਰਤਾਪ ਚੱਲ ਰਿਹਾ ਭਾਜੀ, ਥੋੜਾ ਢਿੱਡ ਪਿੱਛੇ ਕਰੋ। ਚਲੇ ਗਏ ਤੁਸੀਂ ਇਹ ਜਗ੍ਹਾ ਤੋਂ ਬੈਠੇ।